ਕਹਿ ਸਕਦੇ ਹਾਂ ਕਿ ਖੇਡਣਾ ਪਿਆ ਹੈਗਾ ਔਰ ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਸਾਰੀ ਟੀਮ ਵੱਲੋਂ ਜਿਹੜਾ ਹੈਗਾ ਹੈ ਉੱਥੇ ਪਰਫਾਰਮ ਕੀਤਾ ਗਿਆ। ਦੇਖੋ ਜੀ, ਬੜੀ ਮਹਾਰਾਜ ਨੇ ਖੁਸ਼ੀ ਦਿੱਤੀ ਆ ਆਪਣੇ, ਅਸੀਂ ਜ਼ਬਾਨ 'ਚੋਂ ਲਫ਼ਜ਼ ਨਹੀਂ ਹੈਗੇ, ਸਾਡੀ ਕਰਤੂਤ ਨਹੀਂ ਕਿ ਅਸੀਂ ਗੁਰੂ ਰਾਮਦਾਸ ਦਾ ਧੰਨਵਾਦ ਕਰੀਏ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਗੁਰੂ ਰਾਮਦਾਸ ਨੇ, ਮਾਲਕ ਨੇ ਸਿਰ 'ਤੇ ਟੀਮ ਦੇ ਹੱਥ ਰੱਖਿਆ ਅਤੇ ਜਿੱਤ ਪ੍ਰਾਪਤ ਹੋਈ ਆ। ਸੱਚੇ ਪਾਤਸ਼ਾਹ ਨੇ ਬਹੁਤ ਮਿਹਰ ਕੀਤੀ ਆ, ਪਿੰਡ ਦੇ ਵਿੱਚ ਬੜੀ ਖੁਸ਼ੀ ਆ, ਨਗਰ ਸਾਡੇ ਤਿੰਮੋਵਾਲ ਪਰਿਵਾਰ ਦੇ ਵਿੱਚ ਬਹੁਤ ਖੁਸ਼ੀਆਂ। ਵੇਖੋ ਜੀ, ਖੁਸ਼ੀ ਦੇ ਪਲ ਜਿਹੜੇ ਹਨ, ਮਾਲਕ ਮਿਹਰ ਕਰੇ ਤਾਂ ਫੇਰ ਹੀ ਹੁੰਦੇ ਆ। ਇਸ ਕਰਕੇ ਕਿਉਂ ਮੈਂ ਸੁਭਾਗ ਟਾਈਮ ਇੱਦਾਂ ਦਾ ਬਣ ਗਿਆ ਵੀ ਗੋਲ ਕੀਤਾ, ਅਜੇ ਟੀਮ ਸ਼ੁਰੂ ਹੋਈ ਆ ਅਤੇ ਰੈੱਡ ਕਾਰਡ ਮਿਲ ਗਿਆ ਮੁੰਡੇ ਨੂੰ। ਚਲੋ ਮਾਲਕ ਨੇ ਮਿਹਰ ਕੀਤੀ, ਉਸ ਵੇਲੇ 5-4 ਮਿੰਟ ਲੰਘੇ ਆ ਅਤੇ ਚਲੋ ਗੋਲ ਕਰਤਾ ਪੀਸੀ ਨਾਲ ਹਰਮਨ ਨੇ, ਮੁੰਡਿਆਂ ਸਾਰਿਆਂ ਸਹਿਯੋਗ, ਮੁੰਡੇ ਬੱਚੇ ਟੀਮ ਸਾਰੀ ਦਾ ਹੀ ਆ, ਚਲੋ ਹਰਮਨ ਦਾ ਹੈ ਵਾ ਪਰ ਟੀਮ ਨਾਲ ਹੀ ਹੁੰਦਾ ਗੋਲ ਜੀ, ਅਤੇ ਬੜੀ ਕੋਈ ਦੱਸ ਨਹੀਂ ਸਕਦੇ ਅਸੀਂ। ਬਾਅਦ ਦੇ ਵਿੱਚ ਮੈਚ ਚੱਲਦਾ ਰਿਹਾ ਅਤੇ ਤੁਹਾਡੀ ਵੀ ਮਿਹਰਬਾਨੀ, ਜਦੋਂ ਦਾ ਮੈਚ ਸ਼ੁਰੂ ਹੋਇਆ ਉਦੋਂ ਦੀ ਕਵਰ ਕਰਨ ਡਏ ਜੀ, ਅਤੇ ਅਸੀਂ ਤਾਂ ਧੰਨਵਾਦ, ਤੁਹਾਡੇ ਪੈਰ ਸਾਡੇ ਵਾਸਤੇ ਚੰਗੇ ਵਿਹੜੇ 'ਚ ਆਏ ਜੀ, ਸਾਨੂੰ ਅੱਜ ਜਿੱਤ ਮਿਲੀ ਆ, ਸਾਡੇ ਵਾਸਤੇ ਤੁਸੀਂ ਵੀ ਰੱਬ ਦਾ ਰੂਪ ਜੀ, ਅਤੇ ਅਸੀਂ ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਧੰਨਵਾਦ ਗੁਰੂ ਰਾਮਦਾਸ ਦੀ ਮਿਹਰਬਾਨੀ, ਪੰਜਾਬ ਅਤੇ ਦੇਸ਼ ਦੀਆਂ ਦੁਆਵਾਂ ਨਾਲ ਟੀਮ ਜਿੱਤੀ ਆ ਜੀ, ਨਹੀਂ ਤਾਂ ਕੋਈ ਹਾਲਾਤ ਨਹੀਂ ਸੀ ਜਿੱਤਣ ਵਾਲੇ, ਕਿਉਂ ਹਾਂਡੀ ਜਿਹੜਾ ਘਟ ਗਿਆ ਸੀ ਉਹਨੇ ਪਰੇਸ਼ਾਨ ਕਰਤਾ ਹੈ, ਪਰ ਰੈਫਰੀ ਨੇ ਗਲਤੀ ਕੀਤੀ ਆ, ਰੈਫਰੀ ਨੂੰ ਅਜੇ ਮੈਚ ਚੱਲਿਆ ਜੇ ਰੈੱਡ ਕਾਰਡ ਕੱਢ ਕੇ ਫੜਾਤਾ, ਕੋਈ 5 ਮਿੰਟਾਂ ਦੇ ਦੇ, 10 ਦਾ ਦੇ ਦੇ, ਇਹ ਤਾਂ ਨਹੀਂ ਨਾ ਸਾਰਾ ਮੈਚ ਹੀ ਬਾਹਰ ਕੱਢ ਦੇ। ਚਲੋ ਬਾਕੀ ਜੋ ਜੇ ਕਿਸੇ ਨੇ ਮੁੰਨਾ ਮਾੜਾ ਕੀਤਾ ਤੇ ਨਤੀਜਾ ਉਹਨਾਂ ਨੂੰ ਮਿਲ ਗਿਆ। ਖੈਰ ਇਹ ਹੈਗਾ ਹੈ ਕਿ ਚਾਹੇ ਰੈੱਡ ਕਾਰਡ ਸ਼ੁਰੂਆਤ ਦੇ ਵਿੱਚ ਮਿਲ ਗਿਆ ਸੀਗਾ, ਲੇਕਿਨ ਫਿਰ ਵੀ ਟੀਮ ਦੇ ਚੰਗੇ ਪ੍ਰਦਰਸ਼ਨ ਦੇ ਨਾਲ ਇੱਕ ਸ਼ਾਨਦਾਰ ਜਿੱਤ ਜਿਹੜੀ ਹੈਗੀ ਆ ਭਾਰਤ ਨੂੰ ਮਿਲੀ ਆ, ਔਰ ਦੇਸ਼ ਦੁਨੀਆ ਦੇ ਵਿੱਚ ਇਸ ਜਿੱਤ ਦਾ ਜਸ਼ਨ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਹੀ ਰਿਹਾ, ਕਿਉਂਕਿ ਬਖੂਬੀ ਬੇਹੱਦ ਕਾਲਸ ਜਿਹੜੀਆਂ ਹੈਗੀਆਂ ਆ ਰਹੀਆਂ, ਔਰ ਬੇਹੱਦ ਇਹਨਾਂ ਦਾ ਧੰਨਵਾਦ ਕਿ ਪਹਿਲਾ ਸਮਾਂ ਜਿਹੜਾ ਹੈਗਾ ਸਾਨੂੰ ਇਹਨਾਂ ਵੱਲੋਂ ਦਿੱਤਾ ਗਿਆ ਹੈਗਾ, ਔਰ ਬਹੁਤ ਬਹੁਤ ਮੁਬਾਰਕਾਂ ਅੰਕਲ ਅੱਜ ਦੀ ਇਸ ਸ਼ਾਨਦਾਰ ਜਿੱਤ ਦੇ ਲਈ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਧਿੰਮੋਵਾਲ। ਕਦੇ ਗਾੜੀ ਅਸੀਂ ਤੇ ਸਾਰਾ ਮੈਚ ਫਿਰ ਹੱਥੀ ਜੁੜੇ ਜਦੋਂ ਰੈੱਡ ਕਾਰਡ ਮਿਲਿਆ, ਨਹੀਂ ਅਸੀਂ ਦੇਖ ਰਹੇ ਸੀਗੇ ਲਗਾਤਾਰ, ਕਿਉਂਕਿ ਰੈੱਡ ਕਾਰਡ ਤੋਂ ਬਾਅਦ 'ਚ ਇੱਕ ਵਾਰ ਨਾ ਬਿਲਕੁਲ ਥਿੜਕ ਕੇ, ਹਾਂ ਸਾਰਾ ਥਿੜਕ ਗਿਆ ਸੀ, ਮੂਡ ਖਰਾਬ, ਮੂੰਹ 'ਚੋਂ ਗੱਲ ਨਿਕਲੇ ਨਾ ਸਰੀਰ ਕੰਬੀ ਜਾਂਦਾ ਸੀ, ਪਰ ਗੁਰੂ ਰਾਮਦਾਸ ਨੇ ਨਾ ਇੰਨੀ ਮਿਹਰ ਕੀਤੀ ਤੋ ਦੱਸ ਨਹੀਂ ਸਕਦੇ, ਜੋ ਅੰਦਰ ਸਾਡੇ ਖੁਸ਼ੀ ਆ ਵਾਹਿਗੁਰੂ, ਇਹ ਗੁਰੂ ਰਾਮਦਾਸ ਦੀ ਕਿਰਪਾ ਤੇ ਦੇਸ਼ ਵਾਸੀਆਂ ਦੀਆਂ ਅਰਦਾਸਾਂ, ਤੇ ਮੇਰੇ ਮਾਲਕ ਨੇ ਮਿਹਰ ਕੀਤੀ ਆ, ਬਸ ਇੱਥੋਂ ਇੰਨੇ ਲਫ਼ਜ਼ਾਂ ਦਾ। ਇੱਕ ਮਿੰਟ ਪਹਿਲਾਂ ਤਾਂ ਇਹ ਵੀ ਮਾਤਾ ਜੀ, ਤੁਸੀਂ ਮੈਚ ਜ਼ਰੂਰ ਚੱਲ ਲਿਆ ਸੀਗਾ ਲੇਕਿਨ ਉਹਨਾਂ ਨੇ ਮੈਚ ਟੀਵੀ ਮੋਰੇ ਨਹੀਂ ਦੇਖਿਆ, ਆਵਾਜ਼ ਕਿਹਾ ਕਿ ਕਮਰੇ 'ਚ ਤੁਸੀਂ ਬੈਠੇ ਹੋ ਆਵਾਜ਼ ਉੱਚੀ ਕਰ ਦਿਓ, ਇਹ ਕਿਵੇਂ ਮਤਲਬ ਤੁਸੀਂ ਆਪ ਕਿਉਂ ਨਹੀਂ ਆਏ ਟੀ ਪਹਿਲਾਂ ਤਾਂ ਮੈਚ ਦੇਖਣਾ ਚਾਹੁੰਦੇ? ਮੈਚ ਇਸ ਕਰਕੇ ਮੈਨੂੰ ਇਹ ਵੀ ਜਿਹੜੀ ਟੀਮ ਬੱਚੇ ਸਾਰੇ ਬੱਚੇ ਆਪਣੇ ਖੇਡਣ ਡਏ ਆ ਤੇ ਇਹ ਸੀ ਵੀ ਸਾਰੇ ਇੰਡੀਆ ਇੰਡੀਆ ਹੋਣ ਡਈ ਆ ਤੇ ਨਾਂ ਰੋਸ਼ਨ ਕਰਕੇ ਆਉਣ, ਤੇ ਦਿਲ ਜਿਹੜਾ ਡਰਦਾ ਹੀ ਆ ਜਿੰਨਾ ਚਿਰ ਆਪਣੇ ਹੱਥ ਵਿੱਚ ਕੋਈ ਮੁਕਾਮ ਤੇ ਨਹੀਂ ਆਪਾਂ ਪਹੁੰਚ ਜਾਂਦੇ। ਹੁਣ ਕਿਵੇਂ ਆ? ਹੁਣ ਤੇ ਬਹੁਤ ਖੁਸ਼ੀ ਵਾਲੀ ਗੱਲ ਜਦੋਂ ਪਤਾ ਲੱਗਿਆ ਵੀ ਇਹਨੇ ਉਹ ਜਿਹੜਾ ਉਹਨਾਂ ਦੀਆਂ ਸਟੋਕਾਂ ਲੱਗੀਆਂ ਸਟੋਕਾਂ ਵਿੱਚ ਜਿੱਤ ਗਏ ਤੇ ਬੜੀ ਖੁਸ਼ੀ ਵਾਲੀ ਗੱਲ ਆ, ਤੇ ਹੁਣ ਸਾਡੇ ਕੋਲ ਕੋਈ ਲਫ਼ਜ਼ ਹੀ ਨਹੀਂ ਕੀ ਕਹੀਏ। ਅਸੀਂ ਮਾਲਕ ਦਾ ਦੇਣ ਨਹੀਂ ਅਕਲ, ਤੁਸੀਂ ਮੈਂ ਵਿੱਚ ਜੇ ਨਾ ਮੈਚ ਦੇ ਵਿੱਚ ਫਾਦਰ ਸਾਹਿਬ ਕਪਤਾਨ ਸਾਹਿਬ ਦੇ ਜਿਹੜੇ ਉਹਨਾਂ ਨੇ ਪੈਰੋਂ ਕਹਿੰਦੇ ਆ ਕਿ ਚੱਪਲ ਸ਼ੂਜ਼ ਉਤਾਰ ਕੇ ਤੇ ਨੰਗੇ ਪੈਰੀ ਚੱਲ ਰਹੇ ਸੀਗੇ, ਤੇ ਮੈਂ ਕਿਹਾ ਕਿਉਂ, ਤੇ ਤੁਸੀਂ ਕਿਹਾ ਕਿ ਉਹਨਾਂ ਚਿਰ ਨਹੀਂ ਜਿੰਨਾ ਚਿਰ ਟੀਮ ਨਹੀਂ ਆਉਂਦੀ ਹੈਗੀ। ਮਾਲਕ ਨੇ ਬਹੁਤ ਮਿਹਰ ਕੀਤੀ ਆ, ਸੱਚੇ ਪਾਤਸ਼ਾਹ ਨੇ, ਸਾਡੀਆਂ ਤੇ ਅਰਦਾਸਾਂ ਹੀ ਆ, ਦੇਸ਼ ਵਾਸੀਆਂ ਦੀਆਂ ਅਰਦਾਸਾਂ।
ਜਦੋਂ ਮਾਲਕ ਨੂੰ ਯਾਦ ਕਰੀਏ ਸੱਚੇ ਮਨੋਂ ਮਾਲਕ ਹਾਜ਼ਰ ਹੋ ਜਾਂਦਾ, ਗੁਰੂ ਰਾਮਦਾਸ ਹਾਜ਼ਰ ਹੋਏ ਆ। ਬਸ ਯਾਰ ਹੁਣ ਦੇਸ਼ ਵਾਸੀਆਂ ਨੂੰ ਅੰਕਲ ਕੀ ਕਹਿਣਾ ਚਾਹੋਗੇ, ਭਾਵੁਕ ਹੋ ਰਹੇ ਹੋ ਬਿਲਕੁਲ ਬਹੁਤ ਜ਼ਿਆਦਾ। ਬਸ ਕਿ ਮੈਂ ਤਾਂ ਇਹੋ ਕਹਿ ਦਿੰਦਾ ਦੇਸ਼ ਵਾਸੀਆਂ ਨੂੰ, ਮੁੰਡੇ ਨੌਜਵਾਨ ਜਿਹੜੇ ਨਸ਼ੇ ਛੱਡਣ ਤੇ ਗੇਮਾਂ 'ਚ ਹੋਣ, ਤਕੜੇ ਹੋ ਗਏ ਤੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਂ ਉੱਚਾ ਕਰਨ। ਸੀਐਮ ਸਾਹਿਬ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਵੀ ਇਹ ਤੁਹਾਡੀ ਥਾਪੀ ਨੇ ਇੱਥੋਂ ਤੱਕ ਅੱਜ ਮੈਚ ਜਿਤਾਇਆ, ਜੇ ਤੁਸੀਂ ਸ਼ਾਇਦ ਥਾਪੀ ਨਾ ਦਿੰਦੇ ਹੋ ਤੇ ਪਲੇਅਰ ਘਬਰਾ ਜਾਣੇ। ਬੇਹੱਦ ਭਾਵੁਕ ਹੋ ਰਿਹਾ, ਬਹੁਤ ਤਾਂ ਕਹਿ ਸਕਦੇ ਕਿ ਹੁਣ ਤੇ ਖੁਸ਼ੀ ਦਾ ਮਾਹੌਲ ਹੈਗਾ। ਨਹੀਂ ਵੇਖੋ ਜੀ, ਹੁਣ ਤੇ ਕੋਈ ਗੱਲ ਕਰਨ ਵਾਲੀ ਨਹੀਂ, ਤੇ ਜੁੜੇ ਆ ਖੁਸ਼ੀ ਦੇ ਬਾਹਰ ਵੰਡ ਰਹੇ ਆ। ਮਾਲਕ ਹੀ ਆ ਜੋ ਕਰ, ਅਸੀਂ ਤੇ ਕੁਛ ਨਹੀਂ ਕਰਨ ਵਾਲੇ, ਅਸੀਂ ਤੇ ਬੱਚਾ ਮਾਲਕ ਨੇ ਹੀ ਇੱਥੋਂ ਤੱਕ ਘੱਲਿਆ। ਟੀਮ ਨੇ ਬਹੁਤ ਵਧੀਆ ਕੰਮ ਕੀਤਾ ਅੱਜ, ਵੇਖੋ ਜੀ ਇੱਕ ਖਿਡਾਰੀ ਹਾਂ ਘੱਟ, ਪਿਆਰੇ ਪੁੱਤ ਇੱਕ ਖਿਡਾਰੀ ਘੱਟ ਹੋਣ ਖਾਤਰ ਵੀ ਮੰਡਿਆਂ ਨੇ ਪੂਰਾ ਬੈ ਜੰਮ ਕੇ ਖੇਡੇ ਆ। ਤੇ ਅੰਕਲ ਡਿਫੈਂਸ ਬਹੁਤ ਵਧੀਆ ਆ ਰਿਹਾ, ਡਿਫੈਂਸ ਨੇ ਫਿਰ ਵੇਖੋ ਜੀ ਗੋਲ ਬਚਾਉਂਦੇ ਰਹੇ ਇੱਥੋਂ ਤੱਕ ਲੈ ਆਏ ਆ। ਤੇ ਰੈਫਰੀ ਦੀ ਥੋੜੀ ਜਿਹੀ ਗਲਤੀ ਸੀ, ਰੈੱਡ ਕਾਰਡ ਕੋਈ 5 ਮਿੰਟਾਂ ਦਾ ਬਾਹਰ ਦਿੰਦੇ ਤਾਂ ਦਾ ਸਾਰੇ ਮੈਚ ਹੀ ਬਾਹਰ ਕੱਢਤਾ, ਮੈਚ ਅਜੇ ਸ਼ੁਰੂ ਹੋਇਆ ਸੀ। ਚਲੋ ਮਾਰਕ ਜਦੋਂ ਨਾਲ ਹੋਵੇ ਨਾ ਗੁਰੂ ਰਾਮਦਾਸ, ਉਦੋਂ ਸਭ ਕੁਛ ਹੋ ਜਾਂਦਾ ਜੀ। ਅਸੀਂ ਸਾਡੀਆਂ ਡੋਰਾਂ ਗੁਰੂ ਰਾਮਦਾਸ 'ਤੇ।